ਫਾਜ਼ਿਲਕਾ ਦੇ ਵਾਰਡ ਨੰਬਰ 15 ਦੀ ਕੌਂਸਲ ਅਤੇ ਮੁਹੱਲਾ ਵਾਸੀਆਂ ਨੇ ਨਿਊ ਗਾਂਧੀ ਨਗਰ ਦੇ ਪਾਰਕ ਵਿੱਚ ਬੂਟਾ ਲਗਾ ਕੇ ਮਨਾਇਆ ਵਾਤਾਵਰਨ ਦਿਵਸ। ਵਾਤਾਵਰਨ ਨੂੰ ਬਚਾਉਣਾ ਅਤੇ ਸਾਰਿਆਂ ਦੀ ਸਮੂਹਿਕ ਅਤੇ ਨੈਤਿਕ ਜ਼ਿੰਮੇਵਾਰੀ। ਡਾਕਟਰ ਨਿਸ਼ੂ ਡੋਗਰਾ। ਫਾਜ਼ਿਲਕਾ ਦੇ ਵਾਰਡ ਨੰਬਰ 15 ਦੇ ਨਿਊ ਗਾਂਧੀ ਨਗਰ ਦੇ ਪਾਰਕ ਵਿੱਚ ਬੂਟਾ ਲਗਾ ਕੇ ਮਨਾਇਆ ਗਿਆ ਵਿਸ਼ਵ ਵਾਤਾਵਰਨ ਦਿਵਸ। ਜਾਣਕਾਰੀ ਦਿੰਦੇ ਡਾਕਟਰ ਨਿਸ਼ੂ ਡੋਗਰਾ ਨੇ ਵਿਸ਼ਵ ਵਾਤਾਵਰਨ ਦਿਵਸ ਮੌਕੇ ਤੇ ਆਯੋਜਿਤ ਪ੍ਰੋਗਰਾਮ ਦੀ ਸ਼ੁਰੂਆਤ ਆਪਣੇ 15 ਨੰਬਰ ਵਾਰਡ ਦੇ ਨਿਊ ਗਾਂਧੀ ਨਗਰ ਦੇ ਪਾਰਕ ਤੋਂ ਬੂਟਾ ਲਗਾ ਕੇ ਆਰੰਭ ਕੀਤੀ। ਇਸ ਮੌਕੇ ਉਹਨਾਂ ਦੱਸਿਆ ਕਿ ਇਹ ਦਿਨ 5 ਜੂਨ 1974 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੀ ਸਰਬਸੰਮਤੀ ਅਧੀਨ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਬਾਰੇ ਵਿਸ਼ਵ ਨੂੰ ਜਾਗਰੂਕ ਕਰਨ ਲਈ ਮਨਾਇਆ ਗਿਆ ਸੀ। ਉਸ ਸਮੇਂ ਤੇ ਲੋਕਾਂ ਨੂੰ ਇਸ ਦਿਨ 5 ਜੂਨ ਨੂੰ ਹਰ ਵਾਰ ਮਨਾ ਕੇ ਵਾਤਾਵਰਨ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਇਸ ਸਾਲ ਦਾ ਵਿਸ਼ਾ ਇਕੋ ਸਿਸਟਮ ਰੀਸਟੋਰੀਜ਼ ਹੈ, ਜੋ ਕਿ ਕਈ ਰੂਪਾਂ ਵਿੱਚ ਹੋ ਸਕਦਾ ਹੈ, ਜਿਵੇਂ ਕਿ ਰੁੱਖ ਲਗਾਉਣਾ, ਪਿੰਡ ਅਤੇ ਸ਼ਹਿਰਾਂ ਨੂੰ ਹਰਾ ਬਣਾਉਣਾ, ਬਾਗਾਂ ਨੂੰ ਫਿਰ ਹਰਾ ਬਣਾਉਣਾ, ਨਦੀਆਂ ਨੂੰ ਸਾਫ਼ ਕਰਨਾ, ਕਿਉਂਕਿ ਕੋਈ ਵੀ ਇਸ ਤੱਤ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਸਾਡੀ ਹੋਂਦ ਸਿਰਫ਼ ਵਾਤਾਵਰਨ ਦੁਆਰਾ ਕਾਇਮ ਹੈ। ਡਾਕਟਰ ਨਿਸ਼ੂ ਨੇ ਕਿਹਾ ਕਿ ਅੱਜ ਇਸ ਮਹਾਂਮਾਰੀ ਵਿੱਚ ਅਸੀਂ ਵੇਖਿਆ ਹੈ ਕਿ ਕਿਵੇਂ ਆਕਸੀਜਨ ਦੀ ਘਾਟ ਮਹਿਸੂਸ ਕੀਤੀ ਗਈ। ਇਸ ਦੇ ਪਿੱਛੇ ਬਹੁਤ ਵੱਡਾ ਕਾਰਨ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਅਤੇ ਨਵੇਂ ਰੁੱਖ ਨਾ ਲਗਾਉਣਾ ਹੈ। ਅੱਜ ਸਾਡੇ ਹਵਾ ਅਤੇ ਦਰਿਆ ਦੇ ਨਦੀਆਂ ਦਾ ਪਾਣੀ, ਉਦਯੋਗਿਕ ਧੂੰਆਂ ਅਤੇ ਉਹਨਾਂ ਵਿੱਚੋਂ ਨਿਕਲਣ ਜ਼ਹਿਰੀਲੇ ਰਸਾਇਣਾਂ ਕਾਰਨ ਦੂਸ਼ਿਤ ਹੋ ਗਿਆ ਹੈ। ਕੀਟਨਾਸ਼ਕਾਂ ਅਤੇ ਖਾਦਾਂ ਦੀ ਅੰਨ੍ਹੇਵਾਹ ਵਰਤੋਂ ਨੇ ਸਾਡੀ ਧਰਤੀ ਨੂੰ ਵੀ ਪ੍ਰਦੂਸ਼ਿਤ ਕਰ ਦਿੱਤਾ ਹੈ। ਇਸ ਲਈ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਬਾਰੇ ਜਾਗਰੂਕਤਾ ਪ੍ਰੋਗਰਾਮ ਚਲਾਏ ਜਾਂਦੇ ਹਨ। ਭਾਈ, ਅੱਜ ਅਸੀਂ ਪਾਰਕ ਵਿੱਚ ਪਲਾਂਟੇਸ਼ਨ ਕਰ ਰਹੇ ਹਾਂ ਟ੍ਰੀ ਦੀ। ਅਸੀਂ ਇੱਕ ਸੋਚਾ ਕੇ ਚੱਲੇ ਹਾਂ ਕਿ ਜੋ ਹੁਣ ਦਾ ਟਾਈਮ ਚੱਲ ਰਿਹਾ ਕਿ ਜੋ ਬੱਚਿਆਂ ਵਾਸਤੇ ਆਪਾਂ ਨੂੰ ਆਕਸੀਜਨ, ਜਿੰਨੀ ਆਪਾਂ ਟ੍ਰੀਜ਼ ਲਗਾ ਕੇ ਆਕਸੀਜਨ ਦੀ ਸਪਲਾਈ ਬੱਚਿਆਂ ਵਾਸਤੇ ਰੱਖ ਸਕਦੇ ਹਾਂ ਕਿ ਆਉਣ ਵਾਲੇ ਟਾਈਮ 'ਚ ਇਨਵਾਇਰਮੈਂਟ ਡੇ ਅੱਜ ਵੈਸੇ ਵੀ, ਅਤੇ ਆਉਣ ਵਾਲੇ ਟਾਈਮ 'ਚ ਆਪਾਂ ਸਵੱਛ ਇਨਵਾਇਰਮੈਂਟ ਅਤੇ ਸਾਰੀ ਕਲੀਨਨੈਸ ਬੱਚਿਆਂ ਨੂੰ ਪ੍ਰੋਵਾਈਡ ਕਰ ਸਕੀਏ ਸਾਰਿਆਂ ਵਾਸਤੇ। ਅਤੇ ਅਸੀਂ ਉਸ ਮਿਸ਼ਨ ਨੂੰ ਲੈ ਕੇ ਅੱਜ ਵਰਲਡ ਇਨਵਾਇਰਮੈਂਟ ਡੇ 'ਤੇ ਅਸੀਂ ਟ੍ਰੀਜ਼ ਦੀ ਪਲਾਂਟੇਸ਼ਨ ਕਰ ਰਹੇ ਹਾਂ। ਅੱਜ ਪਾਰਕ ਦੇ ਵਿੱਚ 10 ਤੋਂ 12 ਦੀ ਪੌਦੇ ਲਗਾਏ ਜਾਣ, ਜਿਹੜੇ ਹਾਲਾਤ ਚੱਲਦੇ ਪਏ ਨੇ, ਜਿਸ ਤਰ੍ਹਾਂ ਦੀ ਪੋਜੀਸ਼ਨ ਚੱਲ ਰਹੀ ਹੈ, ਪਲਾਂਟੇਸ਼ਨ ਜਿੰਨੇ ਆਪਾਂ ਜਿੱਦਾਂ ਵਿਕਸ ਕੱਟ ਰਹੇ ਹਾਂ, ਆਉਣ ਵਾਲੇ ਟਾਈਮ ਆਕਸੀਜਨ ਦੀ ਬੜੀ ਪ੍ਰੋਬਲਮ ਆਉਣੀ ਸ਼ੁਰੂ ਹੋਈ। ਇਸ ਪਿੱਛੇ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਜਿਹੜੇ ਕੁਛ ਸਾਡੇ ਵਾਰਡ ਦੇ ਜਿੰਨੇ ਵੀ ਸਾਡੇ ਵਾਰਡ ਵਾਸੀ ਨੇ, ਇਕੱਠੇ ਹੋ ਕੇ ਪਲਾਂਟੇਸ਼ਨ ਕਰ ਰਹੇ।